ਅਸੀਂ ਥਾਰ ਲੈਣ ਚੱਲੇ ਆ ਦੂਜੇ ਘਰੋਂ। ਮੈਂ ਨਹੀਂ ਪਿੱਛੇ ਬੈਠਣਾ ਨਾਲ, ਮੈਂ ਵੀ ਤੇਰੀ ਵੀਡੀਓ ਬਣਾ ਰਿਹਾ, ਠੀਕ ਹੈ? ਹੁਣ ਅਸੀਂ ਉੱਥੇ ਅੱਗ ਲਗਾਂਗੇ। ਅਸੀਂ ਸਕੂਟਰ ਤੇ ਜਾਣਾ ਵਾ। ਉਹ ਦੇਖ ਚਲੋ ਗਾਈਸ, ਹੁਣ ਅਸੀਂ ਆ ਗਏ ਹਾਂ ਬੀਬੀ ਦੇ ਘਰੇ, ਤੇ ਮੈਂ ਸੋ ਅਸੀਂ ਜੀਪ ਚੱਕਣੀ ਆ ਤੇ ਫਿਰ ਜਾਣਾ ਵਾ ਕੁਰਦੁਆਰੇ। ਤੂੰ ਰਾਜੇ ਫਿਰ ਤਾਂ ਅਸੀਂ ਬੀਬੀ ਦੇ ਘਰ ਅਸੀਂ ਆਲਮਗੀਰ ਸਾਹਿਬ ਜਾਣਾ। ਆਲਮਗੀਰ ਸਾਹਿਬ ਗਾਈਸ, ਜੀਪ 'ਚ ਤਾਂ ਆ ਗਿਆ ਪਰ ਸਟਾਰਟ ਨਹੀਂ ਹੁੰਦੀ ਹੈਗੀ। ਦਸ ਨਹੀਂ, ਨੌ ਜਾਣੇ ਤਾਂ ਆ ਸਕਦੇ ਆ ਜੀਪ 'ਚ, ਨੌ ਜਾਣੇ ਲਾਸਟ ਯਾਰ ਨਾ ਜਾ। ਆ ਮੈਂ ਕਿਹੜਾ ਵਾ, ਦਾਦੀ ਪੈਟਰੋਲ ਲੈ ਕੇ ਆ ਗਈ ਡੀਜ਼ਲ, ਅਤੇ ਹੁਣ ਅਸੀਂ ਪਾਉਣ ਲੱਗੇ ਹਾਂ ਉਹਦੇ 'ਚ। ਅਤੇ ਦੇਖੋ ਸਾਨੂੰ ਪੈਟਰੋਲ ਪਾ ਦੇ। ਬਲੂ ਬਲੂ ਹੈ ਇਹਦੇ ਅੰਦਰ ਪੈਟਰੋਲ, ਪਹਿਲੀ ਵਾਰ ਦੇਖਿਆ ਨਾ ਡੀਜ਼ਲ। ਡੀਜ਼ਲ ਅੱਛਾ, ਮੈਨੂੰ ਲੱਗੇ ਪੈਟਰੋਲ। ਖੰਜੂਰ ਲੱਗੀ ਹੋਈ ਆ ਇੱਥੇ, ਖੰਜੂਰ ਖੰਜੂਰ ਦੀ ਆ ਗਾਈਸ। ਇੱਥੇ ਟ੍ਰੇਨ ਵੀ ਪਤਾ ਨਹੀਂ ਇੱਥੇ ਕਿੰਨੀ ਦੂਰ ਹੋਣੀ ਹੈ, ਕਿਲੋਮੀਟਰ ਕਿੰਨੀ ਕਿਲੋਮੀਟਰ ਦੂਰ ਹੋਣੀ। ਬੜੀ ਸੋਹਣੀ ਜਗ੍ਹਾ, ਠੰਡੀ ਠੰਡੀ, ਅੱਗ ਤਾਂ ਇੰਨੀ ਗਰਮੀ ਹੁੰਦੀ ਆ, ਇਹ ਠੰਡੀ ਠੰਡੀ ਆ ਜਗ੍ਹਾ। ਹੁਣ ਲੱਗੀ ਆ ਟ੍ਰੇਨ, ਟ੍ਰੇਨ ਹੁਣ ਅਸੀਂ ਪਹੁੰਚ ਗਏ ਗੁਰਦੁਆਰੇ। ਹੁਣ ਚੱਲਦੇ ਆ ਅੰਦਰ, ਇਹ ਦੇਖੋ ਸਾਰਾ ਵਿਊ। ਹੁਣ ਅਸੀਂ ਆ ਗਏ ਹਾਂ ਸਰੋਵਰ ਕੋਲ, ਹੁਣ ਮੈਂ ਕਰੂੰਗਾ ਇਸ਼ਨਾਨ। ਗਾਈਸ ਬਹੁਤ ਵੱਡੀਆਂ ਵੱਡੀਆਂ ਨੇ, ਸੋਹਣੀ ਸੋਹਣੀ ਫਿਸ਼ੀਆਂ ਦੇਖੇ ਤਾਂ।
हुण थोनू दर्शन कराउने आ जिथे बाबा जी ने तीर मार के पानी कढ़िया सीगा। ए सरोवर दे बिच बणिया होया है। ਅਸੀਂ ਗੁਰਦੁਆਰ ਦੇ ਅੰਦਰ ਹਾਂ। ਦੇਖੋ ਕਿੱਡਾ ਵੱਡਾ ਸਾਰਾ ਫੈਨ ਲੱਗਿਆ, ਕਿੱਡਾ ਵੱਡਾ ਕੀ ਫੈਨ ਲੱਗਿਆ, ਸਾਰੇ ਹਾਲ ਦੀ ਚਾਹੀ ਹਵਾ ਦਿੰਦਾ। ਦਰਸ਼ਨ ਕਰਾਉਂਦੇ ਬਾਬਾ ਜੀ ਦੀ ਕਲਗੀ ਦੇ ਨਾਲ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿਰ 'ਤੇ ਲਾਉਂਦੇ ਹੁੰਦੇ ਸੀਗੇ। ਅਸੀਂ ਜਾ ਰਹੇ ਲੰਗਰ ਹਾਲ ਵੱਲ, ਉੱਥੇ ਅਸੀਂ ਲੰਗਰ ਛਕਾਂਗੇ। ਅਸੀਂ ਆ ਗਏ ਹਾਂ ਗੁਰਦੁਆਰੇ ਦੇ ਬਾਹਰ। ਇੱਥੇ ਝੂਟੇ ਲੱਗੇ ਹੋਏ ਆ ਅਤੇ ਅਸੀਂ ਹੁਣ ਥੋੜ੍ਹਾ ਟਾਈਮ ਕਰਾਂਗੇ ਇੰਜੋਏ। ਤੁਸੀਂ ਵੀ ਕਰੋ ਇੰਜੋਏ, ਸਾਨੂੰ ਦੇਖੇ। ਗਾਇਸ ਮਿਲਦੇ ਹਾਂ ਨਵੀਂ ਵੀਡੀਓ। ਬਾਏ ਬਾਏ।